ਤਿਰ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਨਾਮ ਸੁਰਖੀਆਂ ਦੇ ਵਿੱਚ ਹੈ ਤੇ ਹਾਰ ਜੇਲ ਦੇ ਵਿੱਚ ਬੰਦ ਲਾਰੈਂਸ ਬਿਸ਼ਨੋਈ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਔਰ ਇਸ ਤੇ ਕਬੂਲਿਆ ਹੈ ਕਿ ਸਿੱਤੂ ਮੂਸੇ ਵਾਲੇ ਦਾ ਕਤਲ ਇਸ ਤੇ ਗੈਂਗ ਵੱਲੋਂ ਹੀ ਕੀਤਾ ਗਿਆ। ਤੁਹਾਨੂੰ ਦੱਸਦੇ ਕਿ ਤਿਹਾਰ ਜੀਲ ਦੇ ਵਿੱਚ ਬੰਦੇ ਗੈਂਗਸਟਰ ਇੱਕ ਕੰਪਨੀ ਦੇ ਵਾਂਗ ਆਪਣਾ ਗੈਂਗ ਚਲਾ ਰਿਹਾ। ਕੈਨੇਡਾ, ਆਸਟ੍ਰੇਲੀਆ ਤੋਂ ਫਿਰੋਤੀ ਦੀ ਮੰਗ ਕੀਤੀ ਜਾਂਦੀ ਹੈ। ਦੁਬਈ ਤੋਂ ਮਰਡਰ ਦਾ ਆਰਡਰ ਆਂਦਾ ਹੈ ਔਰ ਜਿਹੜੀ ਇਨਵੈਸਟਮੈਂਟ ਹੈ ਉਹ ਯੂਕੇ ਦੇ ਵਿੱਚ ਕੀਤੀ ਜਾਂਦੀ ਹੈ। ਤੇ ਨਾ ਸਿਰਫ ਭਾਰਤ ਦੇ ਵਿੱਚ ਪਰ ਵਿਸ਼ਵ ਪੜ ਦੇ ਵਿੱਚ ਇਹ ਗੈਂਗ ਹੈ ਫੈਲਿਆ ਹੋਇਆ ਆਪਣਾ ਜਾਲ ਪੂਰੇ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਫਿਲਾੜ ਚੁੱਕਾ ਹੈ ਇੱਕ ਗੈਂਗਸਟਰ ਲੋਰੈਂਸ ਬਿਸ਼ਨੋਈ ਤਾਂ ਚੰਡੀਗੜ੍ਹ ਦੇ ਪੋਲਿਟਿਕਸ ਤੋਂ ਸ਼ੁਰੂਆਤ ਹੁੰਦੀ ਹੈ ਅਪਰਾਧ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ ਜਾਂਦਾ ਔਰ ਉਸ ਤੋਂ ਬਾਅਦ ਪੰਜਾਬ ਭਾਰਤ ਔਰ ਹੁਣ ਪੂਰੀ ਦੁਨੀਆ ਦੇ ਵਿੱਚ ਆਪਣੇ ਕਦਮ ਰੱਖ ਚੁੱਕੇ ਗੈਂਗਸਟਰ ਔਰ ਇਹਨਾਂ ਦਾ ਵੱਡਾ ਨੈਟਵਰਕ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ 700 ਤੋਂ ਵੱਧ ਸ਼ਾਪ ਸ਼ੂਟਰ ਵੀ ਇਨਵੋਲਵ ਨੇ ਇਹਨਾਂ ਦਾ ਹਿੱਸਾ ਬਣੇ ਹੋਏ ਨੇ ਗੈਂਗ ਦਾ ਹਿੱਸਾ ਬਣੇ ਹੋਏ ਨੇ ਔਰ ਮਹਿਜ਼ 31 ਸਾਲ ਦੀ ਉਮਰ ਹੈ ਲੋਰੈਂਸ ਬਿਸ਼ਨੋਈ ਦੀ 60 سنگین ਮਾਮਲੇ ਇਸ ਦੇ ਖਿਲਾਫ ਦਰਜ ਨੇ ਔਰ 2015 ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਿਸ ਤੋਂ ਬਾਅਦ ਇਹ ਉੱਥੋਂ ਭੱਜ ਗਿਆ ਸੀ ਪਰ ਤਿਹਾਰ ਜੇਲ੍ਹ ਦੇ ਵਿੱਚ ਇਸ ਵਕਤ ਬੰਦ ਹੈ ਪੰਜਾਬ ਹਰਿਆਣਾ ਰਾਜਸਥਾਨ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਫਿਰੋਤੀ ਹਤਿਆ ਡਰੱਗਸ ਤੇ ਹਥਿਆਰਾਂ ਦਾ ਨੈੱਟਵਰਕ ਚਲਾਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇਸ਼ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਤਿਹਾਰ ਜੇਲ੍ਹ ਤੋਂ ਚੱਲ ਰਿਹਾ ਹੈ ਇੱਥੋਂ ਦੇ ਆਪਣੀ ਸੰਪਤ ਨਹਿਰਾ ਗੈਂਗਸਟਰ ਨੂੰ ਸੂਚਨਾ ਦਿੱਤੀ ਜਾਂਦੀ ਹੈ ਔਰ ਲੋਰੈਂਸ ਟਾਰਗੇਟ ਬਾਰੇ ਦੱਸਦਾ ਹੈ ਸੰਪਤ ਨਹਿਰਾ ਨੂੰ ਜਿਸ ਤੋਂ ਬਾਅਦ ਪੂਰਾ ਬਲੂਪ੍ਰਿੰਟ ਪੂਰਾ ਪਲਾਨ ਤਿਆਰ ਕੀਤਾ ਜਾਂਦਾ ਹੈ ਔਰ ਟਾਰਗੇਟ ਤੱਕ ਪਹੁੰਚਦੇ ਹੋਏ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਆਸਟ੍ਰੇਲੀਆ ਦੇ ਵਿੱਚ ਬੈਠਾ ਉਸ ਦਾ ਭਰਾ ਅਨਮੋਲ ਤੇ ਕੈਨੇਡਾ ਦੇ ਵਿੱਚ ਬੈਠਾ ਸਾਥੀ ਸਤਿੰਦਰ ਸਿੰਘ ਯਾਨੀ ਗੋਲਡੀ ਬਰਾੜ ਫਿਰੋਤੀ ਦਾ ਕਾਲ ਕਰਦੇ ਨੇ ਜੇ ਰੁਪਈਆ ਨਹੀਂ ਮਿਲਦਾ ਪੈਸੇ ਨਾ ਮਿਲਣ ਤੇ ਦੁਬਈ ਦੇ ਵਿੱਚ ਬੈਠਾ ਸਚਿੰਤ ਥਾਪਨ ਉਰਫ ਲੋਰੈਂਸ ਲਾਰੈਂਸ ਬਿਸ਼ਨੋਈ ਦਾ ਪਾਂਚਾ ਸਚਿਨ ਬਿਸ਼ਨੋਈ ਸ਼ੂਟਰ ਪੇਛਦਾ ਹੈ ਔਰ ਫਾਇਰਿੰਗ ਕੀਤੀ ਜਾਂਦੀ ਹੈ ਇਸ ਦੇ ਲਈ ਹਰਿਆਣਾ ਰਾਜਸਥਾਨ ਪੰਜਾਬ ਦੇ ਵਿੱਚ ਕਈ ਸ਼ੂਟਰ ਸ਼ਾਮਿਲ ਨੇ ਫਿਰੋਤੀ ਤੋਂ ਮਿਲਣ ਤ ਲੈ ਕੇ ਜਿਹੜਾ ਵੀ ਰੁਪਈਆ ਮਿਲਦਾ ਹੈ ਇੱਕ ਹਿੱਸਾ ਜੋ ਤੋੜ ਗਰਦੇ ਅਫੀਫ ਦੇ ਕਾਰੋਬਾਰ ਦੇ ਵਿੱਚ ਰਾਜਸਥਾਨ ਤੇ ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰ ਦੇ ਵਿੱਚ ਚੋਰੀ ਇੱਕ ਹਿੱਸਾ ਹਵਾਲੇ ਦੇ ਜ਼ਰੀਏ ਬ੍ਰਿਟੇਨ ਪੇਜਿਆ ਜਾਂਦਾ ਹੈ ਬ੍ਰਿਟੇਨ ਦੇ ਵਿੱਚ ਲਾਰੈਂਸ ਦਾ ਸਾਥੀ ਮੌਂਟੀ ਇਸ ਪੈਸੇ ਦਾ ਨਿਵੇਸ਼ ਕਰਦਾ ਹੈ ਮੌਂਟੀ ਇਟਲੀ ਦਾ ਟਰੱਕ ਮਾਫੀਆ ਦੇ ਨਾਲ ਵੀ ਜੁੜਿਆ ਹੋਇਆ ਹੈ ਤੋਂ ਦੱਸਦੀ ਕਿ ਹਰਿਆਣਾ ਦੇ ਵਿੱਚ ਪਟੌਤੀ ਨਿਵਾਸੀ ਰੋਹਿਤ ਖੋੜ ਹਰਿਆਣਾ ਤੇ ਦਿੱਲੀ ਦੇ ਵਿੱਚ ਵਸੂਲੀ ਕਰਦੇ ਹੈ ਰਾਜਸਥਾਨ ਦੇ ਬਿਕਨਰ ਦੇ ਵਿੱਚ ਰੋਹਿਤ ਕੁਡਾਰਾ ਗੰਗਾ ਨਗਰ ਤੇ ਆਈਸ਼ੀਸ਼ ਬਿਸ਼ਨੋਈ ਤੇ ਜੈਕ ਢੋਲਾਪੁਰ ਤੇ ਰਕੈਤ ਰਾਮ ਧਤ ਜੋਧਪੁਰ ਦੇ ਵਿੱਚ ਮੰਜੂ ਤੇ ਅੰਦਾਜ਼ਾ ਸਾਥੀ ਫਿਰੋਤੀ ਨੈਟਵਰਕ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੇ ਬੋਰਡ ਦਾ ਰਹਿਣ ਵਾਲਾ ਸਚਿਨ ਜੋ ਕਿ ਆਪਣੇ ਆਪ ਨੂੰ ਲਾਰੈਂਸ ਦਾ ਭਾਂਜਾ ਦੱਸਦੇ ਹੋ ਦੁਬਈ ਦੇ ਵਿੱਚ ਇਹ ਮਰਡਰ ਦੇ ਲਈ ਗੈਂਗ ਆਪਰੇਟ ਕਰਦੇ ਹੈ ਔਰ ਸ਼ੂਟਰਸ ਨੂੰ ਮਰਡਰਡ ਦੀ ਆਰਡਰ ਦਿਨ ਦਾ ਸੁਦੇਮੂਸੇ ਵਾਲੇ ਦੀ ਮਾਤ ਦੇ ਬਾਰੇ ਗੱਲ ਕਰੀਏ ਤਾਂ ਇਸ ਕਤਲकांड ਦੇ ਵਿੱਚ ਇੱਕ ਨਿੱਜੀ ਚੈਨਲ ਦੇ ਨਾਲ ਜਦੋਂ ਸਚਿਨ ਬਿਸ਼ਨੋਈ ਦੀ ਫੋਨ ਦੇ ਜ਼ਰੀਏ ਗੱਲਬਾਤ ਹੁੰਦੀ ਹੈ ਤਾਂ ਉੱਥੇ ਵੀ ਕਬੂਲਦਾ ਹੈ ਕਿ ਉਸ ਦਾ ਹੀ ਇਸ ਮਰਡਰ ਦੇ ਵਿੱਚ ਹੱਥ ਹੈ ਤਾਂ ਗੈਂਗ ਨੂੰ ਫਿਰੋਤੀ ਦੇ ਨਾਲ ਇੱਕ ਮੋਟੀ ਰਕਮ ਮਿਲਦੀ ਹੈ ਬੋਟਾ ਪੈਸਾ ਉਹਨਾਂ ਨੂੰ ਮਿਲਦਾ ਹੈ ਇਸ ਦੀ ਵਸੂਲੀ ਹਰਿਆਣਾ ਪੰਜਾਬ ਚੰਡੀਗੜ੍ਹ ਰਾਜਸਥਾਨ ਤੇ ਦਿੱਲੀ ਦੇ ਵਿੱਚ ਕੀਤੀ ਜਾਂਦੀ ਹੈ ਵਸੂਲੀ ਕਰਨ ਦੇ ਲਈ ਬਿਜ਼ਨਸਮੈਨ 뮤ਜ਼ਿਕ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਤੇ ਕਬੱਡੀ ਖਿਡਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਲਾਰੈਂਸ ਨੇ 7 ਸਾਲ ਦੇ ਵਿੱਚ ਡਰੱਗਸ ਦਾ ਇੰਟਰਨੈਸ਼ਨਲ ਨੈਟਵਰਕ ਵੀ ਬਣਾ ਲਿਆ ਹੈ ਮੈਕਸੀਕੋ ਦੇ ਵਿੱਚ ਜੋ ਡਰੱਗ ਸਮੱਗਲਰਸ ਨੇ ਉਹਨਾਂ ਦੇ ਨਾਲ ਇਹ ਸੰਬੰਧ ਵਿੱਚ ਤਾਂ ਇਸ ਤਰ੍ਹਾਂ ਦਾ ਗੈਂਗ ਹੈ ਇਹ ਤਿਹਾੜ ਜੇਲ੍ਹ ਵਿੱਚੋਂ ਚੱਲ ਰਿਹਾ ਨੈਟਵਰਕ ਤੇ ਹਾਰਜੇਲ੍ਹ ਵਿੱਚੋਂ ਚੱਲ ਰਿਹਾ ਲੋਰੈਂਸ ਬਿਸ਼ਨੋਈ ਜੋ ਇਸ ਵਕਤ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਇੱਕ ਕੰਪਨੀ ਦੇ ਵਾਂਗ ਆਪਣਾ ਗੈਂਗ ਦਾ ਨੈਟਵਰਕ ਚਲਾ ਰਿਹਾ ਹੈ ਚੰਡੀਗੜ੍ਹ ਤੋਂ ਅਪਰਾਧ ਦੀ ਦੁਨੀਆ ਦੇ ਵਿੱਚ ਕਦਮ ਰੱਖਣ ਵਾਲਾ ਸਟੂਡੈਂਟ ਪੋਲਿਟਿਕਸ ਵਿੱਚ ਲੋਰੈਂਸ ਬਿਸ਼ਨੋਈ ਅਜਪੂਰੇ ਵਿਸ਼ਵ ਦੇ ਵਿੱਚ ਅਪਰਾਧਕ ਜਨਮ ਕਰਕੇ ਜਾਣਿਆ ਜਾਂਦਾ ਅਰਸ਼ਦ ਮੁਸੇਵਾਲੇ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਇਹ ਨਾਮ ਸਾਹਮਣੇ ਆ ਰਿਹਾ ਹੈ ਤਾਂ ਲਗਾਤਾਰ ਸੁਰਖੀਆਂ ਬਟੌਰ ਰਿਹਾ ਹੈ ਲੋਰੈਂਸ ਬਿਸ਼ਨੋਈ ਤੇ ਕੰਪਨੀ ਵਿਵੰਗ ਗੈਂਗ ਚੱਲ ਰਿਹਾ ਹੈ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ 31 ਸਾਲ ਦਾ ਇਹ ਮੁੰਡਾ ਜੋ ਸਟੂਡੈਂਟ ਪੋਲਿਟਿਕਸ ਦੇ ਵਿੱਚ ਕਦਮ ਰੱਖਦੇ ਹੋਏ ਚੰਡੀਗੜ੍ਹ ਤੋਂ ਫਿਰ ਪੂਰੇ ਪੰਜਾਬ ਦੇ ਵਿੱਚ ਅਟਵਰ ਨੈਟਵਰਕ ਬਣਾਏਗਾ ਅੱਜ ਪੂਰੀ ਦੁਨੀਆ ਦੇ ਵਿੱਚ ਆਪਣਾ ਨੈਟਵਰਕ ਬਣਾ ਕੇ ਬੈਠਾ ਹੋਇਆ ਹੈ ਤਾਂ ਕਈ ਲੋਕਾਂ ਤੋਂ ਪੈਸੇ ਮੰਗੇ ਜਾਂਦੇ ਨੇ ਫਰौती ਮੰਗੀ ਜਾਂਦੀ ਹੈ 뮤직 ਇੰਡਸਟਰੀ ਔਰ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਕਬੱਡੀ ਖਿਡਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਔਰ ਉਸ ਤੋਂ ਬਾਅਦ ਜੋ ਪੈਸੇ ਵਸੂਲੇ ਜਾਂਦੇ ਨੇ ਇੱਕ ਮੋਟੀ ਰਕਮ ਜੋ ਇਹਨਾਂ ਦੇ ਹੱਥ ਦੇ ਵਿੱਚ ਆਉਂਦੀ ਉਸ ਦੀ ਇਨਵੈਸਟਮੈਂਟ ਯੂਕੇ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਕੈਨੇਡਾ ਆਸਟ੍ਰੇਲਿਆ ਇਹ ਲਿਆ ਤੋਂ ਫਿਰੋਤੀ ਦੀ ਕਾਲ ਜਾਂਦੀ ਹੈ ਦੁਬਈ ਦੇ ਵਿੱਚ ਮਰਡਰ ਦਾ ਆਰਡਰ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਜਿਹੜੇ ਪੈਸੇ ਬਚਦੇ ਨੇ ਜਿਹੜੇ ਪੈਸੇ ਹੁੰਦੇ ਨੇ ਜਿਹੜੀ ਕਮਾਈ ਹੁੰਦੀ ਹੈ ਬ੍ਰਿਟੇਨ ਔਰ ਯੂਕੇ ਦੇ ਵਿੱਚ ਪੈਸੇ ਲਗਾਏ ਜਾਂਦੇ ਨੇ ਤਾਂ ਅਜਿਹਾ ਨੈਟਵਰਕ ਨਾ ਸਿਰਫ ਪੰਜਾਬ ਦੇ ਵਿੱਚ ਪਰ ਪੂਰੇ ਦੁਨੀਆ ਦੇ ਵਿੱਚ ਨੈਟਵਰਕ ਮਹਿ 31 ਸਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਬਣਾਇਆ ਗਿਆ ਇਸ ਦਾ ਭਰਾ ਅਨਮੋਲ ਆਸਟ੍ਰੇਲੀਆ ਦੇ ਵਿੱਚ ਚਾਰ ਇਸ ਦਾ ਪਾਂਚਾ ਜਿਸ ਦਾ ਨਾਮ ਸਚਿਨ ਦੱਸਿਆ ਜਾਂਦਾ ਸਚਿਨ ਬਿਸ਼ਨੋ ਯੂ ਇਸ ਵਕਤ ਦੁਬਈ ਦੇ ਵਿੱਚ ਹੈ ਔਰ ਦੁਬਈ ਦੇ ਵਿੱਚ ਉਹ ਪੂਰਾ ਗੈਂਗ ਦਾ ਨੈਟਵਰਕ ਚਲਾਉਂਦੇ ਹੈ ਸ਼ੂਟਰਸ ਤੱਕ ਕਾਲਸ ਜਾਂਦੇ ਨੇ ਟਾਰਗੇਟ ਸੰਪਤ ਨਹਿਰਾ ਦੇ ਰਾਹੀਂ ਲਾਰੈਂਸ ਬਿਸ਼ਨੋਈ ਬਾਹਰ ਕੱਢਦਾ ਹੈ ਔਰ ਲਾਰੈਂਸ ਬਿਸ਼ਨੋਈ ਜੋ ਟਾਰਗੇਟ ਦੱਸਦਾ ਉਸ ਦਾ ਬਲੂਪ੍ਰਿੰਟ ਤਿਆਰ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਔਰ ਕਈ ਸ਼ਾਪ ਸ਼ੂਟਰਸ ਪੰਜਾਬ ਦੇ ਕਈ ਜਵਾਨ ਇਸ ਦੇ ਨਾਲ ਜੁੜੇ ਹੋਏ ਨੇ ਕਈ ਨੌਜਵਾਨ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਟਾਰਗੇਟਸ ਤੱਕ ਪਹੁੰਚਾ ਜਾਂਦਾ ਔਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਇੱਕ ਇਹ ਗੈਂਗ ਇੱਕ ਕੰਪਨੀ ਤੋਂ ਘੱਟ ਨਹੀਂ ਹੈ ਜਿਸਦੇ ਪੂਰੇ জাল ਪੂਰੀ ਦੁਨੀਆ ਦੇ ਵਿੱਚ ਫੈਲੇ ਹੋਏ ਨੇ ਅਤੇ ਲਗਾਤਾਰ ਲੋਕਾਂ ਨੂੰ ਟਾਰਗੇਟ ਬਣਾ ਕੇ ਉਹਨਾਂ ਦੀ ਜਾਨ ਲਈ ਜਾਂਦੀ ਹੈ